بھائی محمد خرم شہزاد چشتی صاحب آپ سے ملتوی سوں آئیں اور بارگاہ سرور کونین میں اپنی حاضری پیش کریں. اعوذ باللہ من الشیطان الرجیم, بسم اللہ الرحمن الرحیم. قلت حیلتی انت وسیلتی ادرکنی یا رسول اللہ, یا رسول اللہ امز حالنا, یا حبیب اللہ اسما کالنا, اننی فی بحری ہم من مغرکم خزیدی ساحل لنا اشقالنا. امداد کن امداد کن از رنج و غم, آزاد کن در دین و دنیا, شاد کن یا غوث اعظم دستگیر. سارے نے رل کے کہنے گنج بخشے فیض عالم, مظہر نور خدا, نا کسارا پیر کامل کاملا را رہنما. اللہ محمد چار یار حاجی خواجہ کتب فرید, حق فرید یا فرید, حق فرید یا فرید. میں نہایت مشکور ہوں بھائی محمد نواز قادری صاحب جنہوں نے آج اس خوبصورت محفل کا انعقاد کیتا ہے. صلی اللہ علیہ یا رسول اللہ وسلم علیک یا حبیب اللہ. اٹھی نظر تو ان کے کرم پر ٹھہر گئی, دل کیا سنور گیا, میری قسمت سنور گئی, دل کیا سنور گیا, میری قسمت سنور گئی. ہجر نبی میں آہ کہاں بے اثر گئی, تڑپے جو ہم یہاں تو مدینے خبر گئی, تڑپے جو ہم یہاں تو مدینے خبر گئی. پھر میں نو کہنا پائے گا کہ پتایا اپنو حالا دا, جدا پاک کے کہوے سبحان اللہ, پتایا اپنو حالا دا, پتایا اپنو حالا کم لج پالا دا. بڑی صلی اللہ علیہ یا رسول اللہ وسلم علیک یا حبیب اللہ. پاگاں والا بندہ کہے گا سبحان اللہ, پاگاں والے ہو نام جپو
ਦਾਣ ਨਹੀਂ ਹਰਦਾ ਬਸ ਕਹਿੰਦੇ ਮੌਲਾਨਾ ਇਸ ਮਹਿਫਿਲ ਚੋਂ ਪੈਗਾਮ ਦੇ ਰਿਹਾ ਉਹ ਪੈਗਾਮ ਤੁਹਾਡੇ ਕੰਮ ਆਏਗਾ ਪੈਗਾਮ ਕੀ ਹੈ ਚਿੱਟੀ ਚਾਦਰ ਅਮਲਾਂ ਵਾਲੀ ਦਾਗ ਨਾਲ ਵੀ ਚੜਿਆ ਰੋਜ਼ ਹਸ਼ਰ ਨੂੰ ਫੇਰ ਨਾਇਆ ਥੀ ਹਾਏ ਰੱਬਾ ਕੀ ਬਣਿਆ ਅੱਜ ਕਹਿ ਲੈ ਮੌਲਾਨਾ वाले हैं जो अल्लाह से मिला देते हैं ते मैनू कहना पड़ेगा मैं नीवा मेरा मुर्शिद ओचा उच्चिया दे संग लाई गए सदके जावा इना उच्चिया तो जिन्ना नीवे अना बड़े खूबसूरत अंदाज में आप तक पहुंचा रहे हैं अल्लाह इनके रिस्क में बरकत फरमाए दुआ कीजिए अल्लाह इनके कारोबार में बरकत फरमाए थोड़ी सी इको आप जरा हमें थोड़ी सी ज्यादा दीजिए बड़ा खूबसूरत शेर पेश कर रहा हूं हर आशिक की नजर में उसका पीर खाना कैसा होता है मियां साहब लिखते हैं दर मुर्शिद दा खाना काबा हज जरूरी करिए ਰੱਖ ਮਾਵਾ ਚੱਲ ਦਵਾਰਾ ਬਲੀਏ ਤੇ ਕਹੀਏ ਕੋਈ ਬੰਦਾ ਧਮਾਲ ਪਾਏਗਾ ਜਾਂ ਤੁਹਾਡੇ ਦਿਲ ਧਮਾਲ ਪਾਣਗੇ ਐਸਾ ਕਲਾਮ ਮੈਂ ਪੇਸ਼ ਕਰਨ ਲੱਗਾ ਉਹਦੇ 'ਚ ਇੱਕ ਸ਼ੇਰ ਆਣਾ ਕਿਉਂਕਿ ਅੱਲਾ ਲੈਵੇਂ ਨਹੀਂ ਹੁੰਦੀ ਸ਼ਾਇਰ ਲਿਖਦੇ ਨੇ ਉਹ ਮੇਰੇ ਮੁਰਸ਼ਿਦ ਮੈਨੂੰ ਦੱਸਿਆ ਏ ਉਹ ਮੇਰੇ ਮੁਰਸ਼ਿਦ ਮੈਨੂੰ ਦੱਸਿਆ ਏ ਮੇਰੇ ਮੁਰਸ਼ਿਦ ਮੈਨੂੰ ਦੱਸਿਆ ਏ ਕਿਵੇਂ ਅੱਲਾ ਅੱਲਾ ਕਰੀਦਾ ਏ ਮੇਰੇ ਮੁਰਸ਼ਿਦ ਮੈਨੂੰ ਦੱਸਿਆ ਏ ਉਹ ਮੇਰੇ ਮੁਰਸ਼ਿਦ ਮੈਨੂੰ ਦੱਸਿਆ ਉਹ ਮੇਰੇ ਮੁਰਸ਼ਿਦ ਮੈਨੂੰ ਦੱਸਿਆ ਉਹ ਕਿਵੇਂ ਅੱਲਾ ਅੱਲਾ ਕਰੀਦਾ ਏ ਮੇਰੇ ਮੁਰਸ਼ਿਦ ਮੈਨੂੰ ਦੱਸਿਆ ਉਹ ਮੇਰੇ ਮੁਰਸ਼ਿਦ ਮੈਨੂੰ ਦੱਸਿਆ ਕਿਵੇਂ ਅੱਲਾ ਅੱਲਾ ਕਰੀਦਾ ਏ ਕਿਵੇਂ ਅੱਲਾ ਅੱਲਾ ਕਰੀਦਾ ਏ ਕਿਵੇਂ ਅਕਲਾਂ ਦੇ ਨਾਲ ਲੜੇ
ਦੇ ਨਾਲ ਲੜੀ ਪਾਏ ਕਿਵੇਂ ਇਸ਼ਕ ਦੀ ਪੌੜੀ ਛੜੀ ਦਾਏ ਮੇਰੇ ਮੁਰਸ਼ਿਦ ਮੈਨੂੰ ਦੱਸਿਆ ਮੇਰੇ ਮੁਰਸ਼ਿਦ ਮੈਨੂੰ ਦੱਸਿਆ ਏ ਉਹ ਸ਼ੇਰ ਆ ਗਿਆ ਜਿਹਦੇ ਤੇ ਤੁਹਾਡਾ ਦਿਲ ਜਿਹੜਾ ਨਾ ਦਿਲ ਉਹ ਧਮਾਲ ਪਾਏਗਾ ਸੁਣੋ ਉਮੀ ਸ਼ੌਕ ਦਾ ਜਦ ਵੀ ਵਸਿਆ ਯਾਰ ਮਨਾਈਦਾ ਇੰਜ ਨੱਚ ਕੇ ਯਾਰ ਮਨਾਈਦਾ ਇੰਜ ਨੱਚ ਕੇ ਯਾਰ ਮਨਾਈਦਾ ਉਹ ਇੰਜ ਨੱਚ ਕੇ ਯਾਰ ਮਨਾਈਦਾ ਇੰਜ ਯਾਰ ਨੂੰ ਰਾਜ਼ੀ ਕਰੀਦਾ ਏ ਮੇਰੇ ਮੁਰਸ਼ਿਦ ਮੈਨੂੰ ਦੱਸਿਆ ਮੇਰੇ ਮੁਰਸ਼ਿਦ ਮੈਨੂੰ ਮੇਰੇ ਮੁਰਸ਼ਿਦ ਮੈਨੂੰ ਦੱਸਿਆ ਏ ਲੋਕੀ ਆਂਦੇ ਨੇ ਦਰਬਾਰਾਂ ਤੇ ਕੀ ਲੈਣ ਜਾਂਦੇ ਹੋ ਜਵਾਬ ਸੁਣੋ ਜੋ ਗੱਲ ਫਾਰੂਕੀ ਰੱਬ ਦੀ ਏ ਉਹ ਗੱਲ ਫਕੀਰ ਤੋਂ ਲੱਭਦੀ ਏ ਉਹ ਗੱਲ ਫਕੀਰ ਤੋਂ ਲੱਭਦੀ ਏ ਉਹ ਗੱਲ ਫਕੀਰ ਤੋਂ ਲੱਭਦੀ ਏ ਕੋਈ ਮੁਰਸ਼ਿਦ ਵਾਲਾ ਹੀ ਜਾਣਦਾ ਏ ਕੋਈ ਮੁਰਸ਼ਿਦ ਵਾਲਾ ਹੀ ਜਾਣਦਾ ਏ ਕਿਵੇਂ ਇਸ਼ਕ ਦਾ ਕੈਦਾ ਪੜੀਦਾ ਏ ਮੇਰੇ ਮੁਰਸ਼ਿਦ ਮੈਨੂੰ ਦੱਸਿਆ ਉਹ ਮੇਰੇ ਮੁਰਸ਼ਿਦ ਮੈਨੂੰ ਦੱਸਿਆ ਉਹ ਮੇਰੇ ਮੁਰਸ਼ਿਦ ਮੈਨੂੰ ਦੱਸਿਆ ਉਹ ਮੇਰੇ ਮੁਰਸ਼ਿਦ ਮੈਨੂੰ ਦੱਸਿਆ ਏ ਉਵੇਂ ਵੀ ਉਮਰ ਤੇ ਜਾਵਾਂ ਤੁਸਾਂ ਕਹਿਣੇ ਅੱਲਾ ਕਰੇ ਬਹੁਤ ਖੂਬਸੂਰਤ ਕਲਾਮ ਹੈ ਰਲ ਕੇ ਮੇਰੇ ਨਾਲ ਇਸ ਕਲਾਮ ਨੂੰ ਤੁਸਾਂ ਪੜ੍ਹਨਾ ਹੈ ਉਵੇਂ ਵੀ ਉਮਰ ਤੇ ਜਾਵਾਂ ਅੱਲਾ ਕਰੇ ਜੇ ਮੈਂ ਵੀ ਉਮਰ ਤੇ ਜਾਵਾਂ ਅੱਲਾ ਕਰੇ ਜੇ ਮੈਂ ਵੀ ਉਮਰ ਤੇ ਜਾਵਾਂ ਅੱਲਾ ਕਰੇ ਜੇ ਮੈਂ ਵੀ ਉਮਰ ਤੇ ਜਾਵਾਂ ਅੱਲਾ ਕਰੇ ਮੰਗੋ ਰਲ ਕੇ ਦੁਆਵਾਂ ਅੱਲਾ ਕਰੇ ਮੈਂ ਵੀ ਉਮਰ ਤੇ ਜਾਵਾਂ ਅੱਲਾ ਕਰੇ ਮੈਂ ਵੀ ਉਮਰ ਤੇ ਜਾਵਾਂ ਅੱਲਾ ਕਰੇ ਮੰਗੋ ਰਲ ਕੇ ਦੁਆਵਾਂ ਅੱਲਾ ਕਰੇ ਮੈਂ ਵੀ ਉਮਰ ਤੇ ਜਾਵਾਂ ਅੱਲਾ ਕਰੇ ਮੈਂ ਵੀ ਉਮਰ ਤੇ ਜਾਵਾਂ ਅੱਲਾ ਕਰੇ ਅੱਲਾ ਦਾ ਘਰ ਮੈਂ ਵੇਖਾਂ ਆਹਾ ਦਾ ਦਰ ਮੈਂ ਵੇਖਾਂ ਅੱਲਾ ਦਾ ਘਰ ਮੈਂ ਵੇਖਾਂ ਆਹਾ ਦਾ ਦਰ ਮੈਂ ਵੇਖਾਂ ਮੱਕਾ ਮਦੀਨਾ ਸਈਓ ਦੋਵੇਂ ਸ਼ਹਿਰ ਮੈਂ ਵੇਖਾਂ ਮੱਕਾ ਮਦੀਨਾ ਸਈਓ ਦੋਵੇਂ ਸ਼ਹਿਰ ਮੈਂ ਵੇਖਾਂ ਵੇਖਾਂ ਜਾ ਕੇ ਉਹ ਥਾਵਾਂ ਅੱਲਾ ਕਰੇ ਉਮਰ ਤੇ ਜਾਵਾਂ ਅੱਲਾ ਕਰੇ ਮੈਂ ਵੀ ਉਮਰ ਤੇ ਜਾਵਾਂ ਅੱਲਾ ਕਰੇ ਮੰਗੋ ਰਲ ਕੇ ਦੁਆਵਾਂ ਅੱਲਾ ਕਰੇ ਮੈਂ ਵੀ ਉਮਰ ਤੇ ਜਾਵਾਂ ਅੱਲਾ ਕਰੇ ਦੋਵੇਂ ਹੱਥ ਖੜੇ ਕਰਕੇ ਕਹਿਣੇ ਸੁਭਾਨ ਅੱਲਾ ਮੈਂ ਮੁਰਸ਼ਿਦ ਨਾਲ ਜਾਵਾਂ ਕਰੇ ਮੈਂ ਮੁਰਸ਼ਿਦ ਨਾਲ ਜਾਵਾਂ ਅੱਲਾ ਕਰੇ ਮੰਗੋ ਰਲ ਕੇ ਦੁਆਵਾਂ ਅੱਲਾ ਕਰੇ ਮੈਂ ਵੀ ਉਮਰ ਤੇ ਜਾਵਾਂ ਅੱਲਾ ਕਰੇ ਹਜਰੇ ਅਸਵਦ ਨੂੰ ਚੁੰਮਾਂ ਹੋ ਜਾਵਾਂ ਬਾਗਾਂ ਵਾਲੀ ਹਜਰੇ ਅਸਵਦ ਨੂੰ ਚੁੰਮਾਂ ਹੋ ਜਾਵਾਂ ਬਾਗਾਂ ਵਾਲੀ ਅੱਖੀਆਂ ਦੇ ਨਾਲ ਲਾਵਾਂ ਸੋਹਣੇ ਰੋਜ਼ੇ ਦੀ ਜਾਲੀ ਅੱਖੀਆਂ ਦੇ ਨਾਲ ਲਾਵਾਂ ਸੋਹਣੇ ਰੋਜ਼ੇ ਦੀ ਜਾਲੀ ਰੱਜ ਦਰਸ਼ਨ ਪਾਵਾਂ ਅੱਲਾ ਕਰੇ ਮੈਂ ਵੀ ਉਮਰ ਤੇ ਜਾਵਾਂ ਅੱਲਾ ਕਰੇ ਮੈਂ ਵੀ ਉਮਰ ਤੇ ਜਾਵਾਂ ਅੱਲਾ ਕਰੇ ਮੰਗੋ ਰਲ ਕੇ ਦੁਆਵਾਂ ਅੱਲਾ ਕਰੇ ਮੈਂ ਵੀ ਉਮਰ ਤੇ ਜਾਵਾਂ ਅੱਲਾ ਕਰੇ ਸ਼ਾਲਾ ਹੋਵੇ ਮਨਜ਼ੂਰੀ ਮੁੱਕ ਜਾਵੇ ਸਾਡੀ ਦੂਰੀ ਸ਼ਾਲਾ ਹੋਵੇ ਮਨਜ਼ੂਰੀ ਮੁੱਕ ਜਾਵੇ ਸਾਡੀ ਦੂਰੀ ਸਫਾ ਮਰਵਾ ਤੇ ਜਾਂਦੇ ਕਰਾਂ ਮੈਂ ਸੁਨਤ ਪੂਰੀ ਸਫਾ ਮਰਵਾ ਤੇ ਜਾਂਦੇ ਕਰਾਂ ਮੈਂ ਸੁਨਤ ਪੂਰੀ ਮੈਂ ਵੀ ਇਹਰਾਮ ਪਾ
jawa Allah kare main Ramzan ch jawa Allah kare mango ral ke duawa Allah kare main vi umre te jawa Allah kare eh main kalam pura padhna nahi jehda main vich touch den laga sarkar de roze ke inch khada ho ke te dua ki manga मौला मेरा भी कर होवे उते रहमत दी छावे मौला मेरा भी कर होवे उते रहमत दी छावे मेरे दरवाजे ते लिखिया मेरे दरवाजे ते लिखिया पंजाब बारा दा नाम होवे मौला मेरा भी कर होवे उते रहमत दी छावे मेरे हाथ दा इशारा वेखना है इशारा जे तुहानू समझ आ गया ते सुभान अल्लाह इंज कहणी है शैतान दा कलेजा पाट जाए मेरे दरवाजे ते लिखिया पंजा चारा दा ना हो हक्के मौला मेरा भी कर होवे उते रहमत दी छावे हुण रल के कहणा है मौला मौला मेरे मौला मेरे मौला 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 मेरे मौला मेरे मौला 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 मेरे मौला मेरे मौला मौला मेरे मौला 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 मेरे मौला मेरे मौला मौला मेरे मौला मुझे हाजिरी खत्म करने का हुक्म हो गया है ये मैं गिरा के तौर पे थोड़ा सा इसको मैंने पेश किया है अगर एक कलाम मैं और पेश करना चाहूँ तो मुझे आप इजाजत दे सकते हैं बड़ा खूबसूरत कलाम है हुजूर दी आमद के हवाले नाल कलाम है जेड़े दोस्त पीछे बैठे ने थोड़े जे अगे आ जाओ मैं फिर वास्ता पावांगा फिर आ जाओगे इंज ही आ जाओ तो चंगी गल है जेड़ा जिन्ने कदम अगे आए उन्ने साल मदीने जाए जड़ा जिन्हें कदम अगे आ जाए जिन्हें नहीं जाना उसकी मर्जी है आखिरी कलाम मैं पढ़ना है जो मैं कहना सरकार की आमद हाथ खड़े करके मेरे न रल के कलाम पढ़ना है तो कहना मरहबा सरकार की आमद बावाजे बुलंद कहना मरहबा सरकार की आमद हुजूर जो दुनिया से आए ते गुलामा ने सीने चौड़े करके की आख्या बड़ा खूबसूरत कलाम है आखिरी कलाम है इस तो बाद मेरी हाजिरी मुकम्मल है जिंदगी ने वफा की थी ते दोबारा इंशाल्लाह आवांगे हुजूर दुनिया ते आए ते गुलाम की कहंदे ने राणा साहब बड़ा खूबसूरत कलाम है पूरी तवज्जो लगियां नी भण वाला आ गया अज लगियां नी भण वाला आ गया अज लगियां नी भण वाला आ गया अज लगियां नी भण वाला आ गया सानू गल नाल लाड़ वाला आ गया अज लगियां नी भण वाला आ गया सरकार दी आमद मरहबा दिलदार दी आमद मरहबा आका दी आमद मरहबा प्यारे दी आमद मरहबा नारे तकबीर तुम्हें आचो के नारे रिसालत नारे तहकीक नारे हैदरी नारे हैदरी हबाबे दिवाकार किसी तारुफ के मोहताज नहीं हजरते अल्लामा मौलाना शुआएब नजम साहब सरजमीने गुजरावाला से अब तशरीफ फरमा हुए मैं समी में कलम से अपनी जानिब से यूसुफ जामी साहब की तरफ से पूरी बज़्म की तरफ से खुश आमदीद वेलकम पेश करता हूँ बैठो बैठो
بھائیو چند لمحے بھائی خرم شہزاد آپ نوکری پیش کریں گے ان کے فوراً بعد ہم خطاب کی طرف چلیں گے بھائی خرم شہزاد چشتی صاحب سرکار دی آمد دلدار دی آمد مرحبا آقا دی آمد مرحبا ذرا جھوم کے بولو مرحبا سم مل کر بولو مرحبا لگیانی بھان والا آ گیا آج لگیانی بھان والا آ گیا اللہ اللہ کٹا سوڑا بار اج آیا ہے نبیان دا ویکھو سردار اج آیا ہے نبیان دا ویکھو سردار اج آیا ہے تے باں کھڑی کر کے کہنے او ویکھو سوڑا اچھی شان والا آ گیا آج لگیانی بھان والا آ گیا سرکار دی آمد مرحبا دلدار دی آمد مرحبا آقا دی آمد ذرا زور سے بولو مرحبا لگیانی بھان والا آ گیا آج لگیانی بھان والا آ گیا نماز بھائی میں شیر او پڑھن لگا ہے شیر تے جڑا سبحان اللہ نہ کہے او بھابی ہوے شیر ایڈا وڈا ہے او کئیاں نو میلاد والوں تا چڑھ گئے نے ہن کہنا عاشقاں نو محفلاں دے چا چڑھ گئے نے کئیاں نو میلاد والوں تا چڑھ گئے نے عاشقاں نو محفلاں دے چا چڑھ گئے نے عاشقاں نو محفلاں دے چا چڑھ گئے نے بان والا آ گیا سرکار دی آمد مرحبا دلدار دی آمد مرحبا آقا دی آمد میں تو آڈے لئی پڑھن دیا دو میں ہاتھ کھڑے کر کے سرکار دی آمد مرحبا دلدار دی آمد مرحبا آج مل کر بولو مرحبا سم مل کر بولو مرحبا اس کلام دے سات اٹھ شیر نے میں سارے شیر چھڑ رہے ہیں مکتہ پڑھ رہے ہیں کیونکہ مکتے دے نال ہی میں ایک شیر جمیل قادری رحمت اللہ تعالیٰ علیہ دا پڑھنا ہے اے دے باقی سات شیر چھڑ رہے ہیں مکتہ کی یہ حضور دا نعت خان کتے جائے پامے جامی صاحب نے تے پامے خرم صاحب نے کتے بھی جان لوگ کی کہندے نہیں ہار ویلے گیت سونے مدنی دے گاندا ہے خرم نو کہندے لوگ کی جتھے جتھے جاندا ہے خرم نو کہندے لوگ کی جتھے جتھے جاندا ہے جتے جاندائے خرم نو کہندے لوکی جتے جتے جاندائے کی کہندے نے او گن مدنی دے گاڑ والا آ گیا آج لگیانی بھان والا آ گیا سرکار دی آمد مرحبا دلدار دی آمد مرحبا آقا دی آمد مرحبا پیاری دی آمد مرحبا یا رسول کرن لگا پامے کوئی بچہ ہے پامے بڑھا ہے پامے جوان ہے جتھے بھی یہ شیر پڑھے ہیں حضور دے دیوانے کو بیٹھا ہی نہیں گیا سارے ہاں کھڑے ہو کہ میرے نرال کے شیر پڑھنا ہے میں وہ سنی ہوں جمیل قادری مرنے کے بعد میرا داشا بھی کہے گا سلا تو سلا سرکار دی آمد مرحبا دلدار دی آمد مرحبا سم مل کر بولو لبائی 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 یا رسول اللہ 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 نعرہ تاجدار ختم نبوت تاجدار ختم نبوت تشریف رکھو سارے دوست تشریف رکھو